ਭੇਟ ਕਰਨ ਵਾਸਤੇ ਕੀ ਕੀ ਸਰਕਾਰ ਨੂੰ ਮੰਗਾਂ ਵੀ ਸੀਗੀਆਂ ਕਈ ਪਰਿਵਾਰ ਦੀਆਂ ਕੀ ਕੀ ਮੰਗਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸੰਗੀਤ ਜਗਤ ਦੇ ਵਿੱਚ ਪੰਜਾਬ ਨੂੰ ਨਹੀਂ ਸਾਰੇ ਵਿਸ਼ਵ ਨੂੰ ਬਹੁਤ ਵੱਡੀ ਘਾਟ ਲੱਗੀ ਆ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਸਾਡੇ ਸੰਗੀਤ ਜਗਤ ਦੀ ਇੱਕ ਆਵਾਜ਼ ਬੰਦ ਹੋ ਗਈ ਆ ਰੋਸ਼ਨੀ ਮੱਧਮ ਪੈ ਗਈ ਆ ਇਹ ਅਸੀਂ ਦੇਖੋ ਸ਼ਖਸੀਅਤ ਸਦੀਆਂ ਬਾਅਦ ਪੈਦਾ ਹੁੰਦੀਆਂ ਉਹਨਾਂ ਦਾ ਇੱਕ ਨਾਂ ਸੀ ਰੁਤਬਾ ਸੀ ਇਸ ਸ਼ਿਖਰ 'ਤੇ ਮੁਕਾਮ 'ਤੇ ਪਹੁੰਚ ਕੇ ਆਪਣੇ ਆਪ ਨੂੰ ਅੱਜ ਤੱਕ ਉਹਨਾਂ ਕਾਇਮ ਰੱਖਿਆ ਬਰਕਰਾਰ ਰੱਖਿਆ ਬਹੁਤ ਵੱਡਾ ਘਾਟ ਆ ਸਾਰੇ ਪਰਿਵਾਰ ਨੂੰ ਤਾਂ ਹੈ ਹੀ ਆ ਸਾਰੇ ਸਮਾਜ ਨੂੰ ਸਾਨੂੰ ਸਾਰਿਆਂ ਲੋਕਾਂ ਨੂੰ ਮੈਂ ਬੋਲ ਕੇ ਹਟਿਆ ਹੁਣੇ ਅੰਦਰ ਕਿ ਪੰਜਾਬ ਸਰਕਾਰ ਦੇ ਵਿੱਚ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨਾਲ ਗੱਲ ਕਰਕੇ ਕੇਵਲ ਧਾਲੀਵਾਲ ਜੀ ਨੂੰ ਮੈਂ ਆਸ਼ਵਾਸਨ ਦਿੱਤਾ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਯਾਦ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਉਹਨਾਂ ਦੀ ਯਾਦਗਾਰ ਬਣਾਈਏ ਜਿਹਦੇ ਨਾਲ ਉਹ ਯਾਦ ਰਹਿਣ ਔਰ ਜੋ ਵੀ ਇਹ ਕਮੇਟੀ ਕਹੇਗੀ ਅਸੀਂ ਉਹ ਬਿਲਕੁਲ ਪੂਰੀ ਕਰਾਂਗੇ ਮੈਂ ਤਾਂ 10 ਲੱਖ ਰੁਪਈਆ ਕਿਉਂਕਿ ਮੇਰੀ ਕੌਂਸਟੀਚੁਐਂਸੀ ਦੇ ਵਿੱਚ ਨੇ 10 ਲੱਖ ਰੁਪਈਆ ਜੋ ਵੀ ਇਹ ਬਣਾਉਣਾ ਚਾਹਣਗੇ ਜੋ ਇਹ ਕਰਨਾ ਚਾਹਣਗੇ ਉਹਦੇ ਲਈ ਮੈਂ ਜ਼ਰੂਰ MLA ਫੰਡ ਦੇ ਵਿੱਚੋਂ ਉਹ ਮੈਂ ਆਪਣੇ ਫੰਡ ਦੇ ਵਿੱਚੋਂ ਭੇਜਾਂਗਾ ਜੀ ਠੀਕ ਹੈ ਧੰਨਵਾਦ ਥੈਂਕ ਯੂ ਜੀ ਦੇਖੋ ਜੀ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਹ ਐਡੇ ਵੱਡੇ ਮਹਾਨ ਕਲਾਕਾਰ ਸਨ ਜਿਨ੍ਹਾਂ ਨੂੰ ਸਜਦਾ ਕਰਨਾ ਸਮੁੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਗੁਰਮੀਤ ਬਾਬਾ ਹੋਣਾ ਨੇ ਸਾਡੀ ਲੋਕ ਵਿਰਾਸਤ ਨੂੰ ਸਾਡੀ ਲੋਕ ਗਾਇਕੀ ਨੂੰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਉਸ ਦੇ ਮਤਲਬ ਕਿ ਉਹਦਾ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਅਤੇ ਅੱਜ ਉਹਨਾਂ ਦੇ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਅਚੇਚੇ ਤੌਰ 'ਤੇ ਪਹੁੰਚੇ ਹਾਂ ਹੋਰ ਵੀ ਕਲਾਕਾਰ ਭਾਈਚਾਰਾ ਪਹੁੰਚਿਆ ਅਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੀਏ ਅਤੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੂੰ ਵੀ ਕਲਾਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਸਰਕਾਰਾਂ ਬਣਦੀਆਂ ਇਸੇ ਲਈ ਨੇ ਲੋਕ ਬਣਾਉਂਦੇ ਨੇ ਅਤੇ ਜਿਹੜੇ ਅੱਛੇ ਕਲਾਕਾਰ ਫਨਕਾਰ ਆਪਦੀ ਉਸ ਗਾਇਕੀ ਤੋਂ ਮਤਲਬ ਕਿ ਵਡੇਰੇ ਹੋ ਜਾਂਦੇ ਨੇ ਪ੍ਰੋਗਰਾਮ ਘੱਟ ਜਾਂਦੇ ਨੇ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਨੂੰ ਸਾਂਭਣਾ ਹੈ ਅਤੇ ਉਹਨਾਂ ਦੇ ਰੱਖ ਰਖਾਓ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਰੱਖ ਰਖਾਓ ਦੇ ਲਈ ਉਹਨਾਂ ਦੇ ਮੈਡੀਕਲ ਸਹੂਲਤਾਂ ਅਤੇ ਉਹ ਸਾਰਾ ਕੁਝ ਸਰਕਾਰਾਂ ਨੂੰ ਕਰਨਾ ਚਾਹੀਦਾ ਅਤੇ ਸਰਕਾਰਾਂ ਨੂੰ ਇਹਨਾਂ ਕਲਾਕਾਰਾਂ ਦੇ ਲਈ ਉਸ ਤਰ੍ਹਾਂ ਦਾ ਇੱਕ ਮਿਊਜ਼ੀਅਮ ਬਣਾਉਣਾ ਚਾਹੀਦਾ ਜਿੱਥੇ ਇਹਨਾਂ ਦੀ ਵਿਰਾਸਤ ਨੂੰ ਸਾਂਭਿਆ ਜਾ ਸਕੇ ਆਉਣ ਵਾਲੀਆਂ ਪਨੀਰੀਆਂ ਉਹ ਤੋਂ ਕੁਝ ਸਿੱਖ ਸਕਣ ਸੇਧ ਲੈ ਸਕਣ ਸੋ ਇਸ ਗੱਲ ਦਾ ਮੈਨੂੰ ਦੁੱਖ ਵੀ ਹੈਗਾ ਕਿ ਪਤਾ ਨਹੀਂ ਕਿਉਂ ਨਹੀਂ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਹਮਲਾ ਮਾਰਿਆ ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਚਰਨਜੀਤ ਚੰਨੀ ਹੋਣੀ ਉਹਨਾਂ ਕੋਲ ਹੀ ਕਲਚਰ ਡਿਪਾਰਟਮੈਂਟ ਹੈ ਉਹੀ ਵਜ਼ੀਰ ਨੇ ਇਸੇ ਦੇ ਅਤੇ ਉਹਨਾਂ ਨੂੰ ਚਾਹੀਦਾ ਕਿ ਅੱਜ ਕੋਈ ਆਪਦੇ ਦੂਤ ਜ਼ਰੀਏ ਕੋਈ ਨਾ ਕੋਈ ਅੱਛੀ ਅਨਾਊਂਸਮੈਂਟ ਇੱਥੇ ਕਰਾਉਣ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਧਰਵਾਸ ਦੇਣ ਅਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਸਾਂਭਿਆ ਜਾਵੇ ਕਹਿੰਦੇ ਨੇ ਸਾਡਾ ਇੱਕ ਕਲਚਰ ਡਿਪਾਰਟਮੈਂਟ ਵੱਲੋਂ ਪੰਜਾਬ ਦਾ ਮਿਊਜ਼ੀਅਮ ਤਿਆਰ ਕਰਵਾਇਆ ਜਾਵੇ ਅਤੇ ਬਾਕੀ ਵੀ ਹੋਰ ਕਲਾਕਾਰ ਜਿਹੜੇ ਪੰਜਾਬ ਦੇ ਇਸ ਵਡੇਰੀ ਉਮਰ 'ਚ ਨੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣੀਆਂ ਉਹਨਾਂ ਨੂੰ ਸਾਂਭਣਾ ਉਹਨਾਂ ਨੂੰ ਪੈਨਸ਼ਨਾਂ ਲਾਉਣੀਆਂ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸਰਕਾਰਾਂ ਦਾ ਹੈ ਕਿਉਂਕਿ ਸਰਕਾਰ ਲੋਕਾਂ ਦੀ ਹੈ ਅਤੇ ਜਦੋਂ ਲੋਕ ਪੱਕੀ ਗੱਲਾਂ ਕਰਨਗੇ ਤਾਂ ਨੈਚੁਰਲੀ ਉਹ ਅੱਛਾ ਲੱਗੂਗਾ ਸਾਰੇ ਲੋਕਾਂ ਨੂੰ ਆਹ ਹੁਣ ਗਰੀਬ ਜੀ ਨੇ ਇੱਥੇ ਅੱਜ ਇੱਕ ਪੰਜਾਬ ਦੀ ਲੋਕ ਆਵਾਜ਼ ਜਿਹੜੀ ਸਭ ਤੋਂ ਵੱਡੀ ਆਵਾਜ਼ ਸੀਗੀ ਉਹ ਸਾਨੂੰ ਦੁਨਿਆਵੀ ਤੌਰ 'ਤੇ ਸਦਾ ਲਈ ਛੱਡ ਕੇ ਚਲ ਗਈ ਹੈ ਪਰ ਉਹਨਾਂ ਦੀ ਜਿਹੜੀ ਡਿਜੀਟਲੀ ਆਵਾਜ਼ ਸਾਡੇ ਕੋਲ ਰਹਿ ਗਈ ਹੈ ਉਹ ਸਦੀਆਂ ਤੱਕ ਪੰਜਾਬੀ ਲੋਕ ਗਾਇਕੀ ਦਾ ਚਾਨਣ ਮੁਨਾਰਾ ਬਣ ਕੇ ਰਹੂਗੀ ਜਿਹੜੇ ਸਾਡੇ ਲੋਕ ਗੀਤ ਆ ਜਿਹੜੀ ਪੰਜਾਬੀ ਸਾਡਾ ਨਾ ਸੰਸਕ੍ਰਿਤੀ ਪੰਜਾਬੀ ਸਾਡਾ ਸੱਭਿਆਚਾਰ ਆ ਵਿਰਾਸਤ ਆ ਸਾਡੀ ਉਹ ਲੋਕ ਗੀਤਾਂ 'ਤੇ ਖੜੀ ਆ ਪੰਜਾਬ ਨਾ ਲੋਕ ਗੀਤਾਂ ਗਾਇਕੀ ਨਾਲ ਬਹੁਤ ਜੁੜਿਆ ਹੋਇਆ ਪਹਿਲਾਂ ਤੋਂ ਹੀ ਅਤੇ ਜਿਹੜੇ ਲੋਕ ਗੀਤ ਆ ਉਹ ਜਿਹੜੇ ਲੋਕ ਗੀਤ ਉਹ ਹੁੰਦੇ ਜਿਨ੍ਹਾਂ ਦਾ ਰਚਣਹਾਰਾ ਇੱਕ ਜਾਂ ਦੋ ਬੰਦੇ ਕੋਈ ਗੀਤਕਾਰ ਨਹੀਂ ਹੁੰਦਾ ਉਹ ਸਦੀਆਂ ਵਿੱਚ ਬਜ਼ੁਰਗਾਂ ਦੇ ਮੂੰਹਾਂ ਤੋਂ ਬਣ ਬਣ ਕੇ ਲੋਕ ਮਨਾਂ ਵਿੱਚ ਰਚੇ ਹੁੰਦੇ ਆ ਉਹ ਕਿਤਾਬਾਂ ਵਿੱਚ ਮਿਲਦੇ ਆ ਸਾਡੇ ਬਹੁਤ ਸਾਰੇ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਲੋਕਾਂ ਨੇ ਪਿੰਡਾਂ 'ਚ ਜਾ ਜਾ ਕੇ ਉਹ ਇਕੱਠੇ ਕੀਤੇ ਉਹ ਕਿਤਾਬੀ ਰੂਪ ਉਹਨਾਂ ਨੂੰ ਦਿੱਤਾ
पर उन्होंने किस तर्ज ते गाना साढ़े बजुर्ग किमें गाँवे सी साडियां मावां भैणां ब्याहां दियां सिठणियां जां होर चीज़ां जिहड़ियां सीगियां ओह किहड़ी तर्ज ते गाउंदियां सी ओह आउण वालियां सदियां तक जदों तक दुनिया आ जदों किसी नूं साढ़े लोक गीतां दी तर्ज लभणी पऊगी उन्हां नूं गुरमीत बाबा लभणी पऊगी। सो इस करके गुरमीत बाबा कदे भी दुनिया तो जा नहीं सकदे। भाई जी की कहना चाहोगे इहो जिही सिंगिंग जिहड़ी है कितने कितने पिछे हटदी जा रही है, अजकल हथियारां नूं प्रमोट कीता जा रहा लेकिन लोक गीतां नूं जिहड़े ने अज कितने कितने पिछड़ाए जा रहे पिछे कीता जा रहा। नहीं ठीक ही आ सारा कुछ चली जाता पहला तो ही जदों गुरमीत बाबा जी शिखर ते गाउंदे सी उस वेले भी जड़े दुगाने गाउंदे सी दो अर्थी दुगाने हुंदे सीगे उदों वह भी शायद इन्हां नालों वध प्रोग्राम भी लाउंदे होणगे पर इह ना सुहिरदता हुंदी आ किसे बंदे दी। मैं तुहाडे सामणे खड़ा हुण मैं कमल हीर ते संगतार सिंह इस वेले जड़े चलदे गायक हाँ उन्हां विच साडा नां शुमार हुंदा है ना देशां विदेशां च असीं शो लाउने आ असीं तां कोई हथियारां नूं प्रमोट नहीं करदे असीं तां कोई दो अर्थी गाने नहीं गाउंदे जित्तांगे जरूर जारी जंग रखियो उस गाने च तां कोई साडा दो अर्थी गल नहीं हैगी। सो इस करके किसे बारे असीं की कहना। सो जिहड़ी गुरमीत बाबा जी ने एक लाइन फड़ी सीगी उह इह इक बहुत हौसले वाली गल हुंदी आ इक मंगल हठूर दा शेर आ कमल हीर ने गाया आ ਉਹ ਕਹਿੰਦਾ ਉਹਦੀ ਡੰਗਾਈ ਬਹੁਤ ਉਸ ਗੱਲ ਦੀ ਹੈ ਸੌਖੀ ਜਿਹੀ ਲੱਗਦੀ ਆ ਉਹ ਕਹਿੰਦਾ ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ ਅੱਜ ਕੱਲ੍ਹ ਉਹ ਵੀ ਨਾ ਪਚਦਾ ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ ਉਨਾ ਹੀ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਏ। ਸੋ ਜਿਹੜੀ ਵਧੀਆ ਸ਼ਾਇਰੀ ਹੁੰਦੀ ਆ ਵਧੀਆ ਗਾਇਕੀ ਹੁੰਦੀ ਆ ਉਹਨੂੰ ਹਿੱਟ ਕਰਨਾ ਵੀ ਬਹੁਤ ਔਖਾ ਆ ਜਿਹੜਾ ਸ਼ੋਸ਼ਾ ਹੈ ਉਹ ਬਹੁਤ ਸੌਖਾ ਹਿੱਟ ਹੋ ਜਾਂਦਾ। ਸੋ ਗੁਰਮੀਤ ਬਾਬਾ ਜੀ ਨੇ ਸਿਰਫ ਅਤੇ ਸਿਰਫ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ ਅਤੇ ਦੇਸ਼ਾਂ देखो जी गुरमीत बाबा जी एक बहुत बड़ा नाम से एक सदी एक युग चला गया पंजाबी लोक गायकी का मैं थम कह पिलर कह तो वो साड़ी छत के थल्यों निकल गया। बड़ा जरूरी है यहोजे लोगों इस वक्त तो उन्होंने बनते हक के तरीके उन्होंने बनते कद काट के हिसाब के नाल उन्होंने तोरना तो साढ़े वालों श्रद्धांजलि उन्होंने इस रूप के उन्होंने कदमों च नतमस्तक हो के उन्होंने विदायगी देना साडा फर्ज बनता है। सो बड़ी दुख वाली गल है कि अब जो साडे दरम्यान नहीं है विरसा कितने ना कितने विछड़ता जा रहा है विरसे के लोग विरसे के सिंगर जिहड़े ने विछड़ते जा रहे हैं की कुछ करना चाहिए। विरासत तो हुण इह आ कि चांदी लोकां तक महदूद रह गई है सो उन्हों सही तरीके नाल चलाउण दे लई बहुत सारे लोग यतनशील भी ने और चंगे तरीके नाल चलाउण दी कोशिश भी कर रहे हैं तो यह है कि चंगी माड़ी चीज़ हमेशा ही चलती आई है शुरू तो ही भगवान मैं अगे गल करता सी भगवान राम जी दे टाइम तो ही यार जे आप गल करिए तो वह चलता ही आया जी वो बड़ी दुखदाई गल है कि मैं उस दिन भी दिल्ली सीगा तो पापा जी ने मैं जो दसिया एक घंटा पहला मैंने पता लग गया मेरे जाने तो मेरी फ्लाइट सी कि दो ढाई एक बजे की तो मैं साढ़े एक बारह एक बजे पता लग गया मैं तो नहीं पहुँच सकिया क्योंकि उस समय मेरी फ्लाइट सी तो जरूरी भी सीगा क्योंकि कमिटमेंट्स भी जरूरी ने तो पापा जी आए थे उदों मैनूं पता लग्या सत्ती जी नाल सतेंद्र सत्ती जी नाल मेरी अगले दिन गल होई जदों मैं उनकी पोस्ट देखी कि उन्होंने बड़ा दुख लग्या इस गल का। सो मैनूं भी बहुत दुख लग्या और साड़ी तकरीबन मेरे ख्याल कोई 20-25 मिनट इस टॉपिक ते गल होई बड़ा दुख लग्या कि सिर्फ एक फोटो पा के उन्होंने विदायगी देना मतलब एक बड़ा दुखदाई लग्या कि एक तुसीं अपने फोके लाइक्स जे लैण दे चक्कर दे विच किसे दा यार किसे मैं कई बार कोशिश करदा कि मैं किसी के तुर जाण ते फोटो ना पावां कोशिश करां कि उत्थे जे मैं टाइम ते नहीं पहुँच सकिया तो उन्हां दे नाल हमदर्दी जरूर की जाए उस परिवार के नाल। सो इदां नहीं करना चाहिए पंजाबी इंडस्ट्री के जिहड़ा एक मान सत्कार एक अदब का जिहड़ा दायरा है उन्हें कायम रखना चाहिए वह भी इहो जे लोकां लई बनता साडा हक बनता है साडा फर्ज बनता उन्हां ते हक साडा यह है कि असीं उन्हां कोलों कह के कुछ सीखीए उन्हां कोल बह के कुछ सीखीए कि सानूं आह दसो तो फर्ज़ साडा यह बनता कि जो कोई तुर जाता फिर उत्थे पहुँचना जरूरी है ये साडी साडा हक है ये साडा फर्ज़ है तो अपना इखलाक जिहड़ा आ वह असीं छड़दे जा रहे हैं भुलते जा रहे हैं बड़ी माड़ी गल है बड़ी शर्म वाली गल मैनूं बहुत दुख लगे जी इस गल का और मैं सती जी ने भी उदन किया कि मतलब ये चीज़ों के लिए सानू सख्ती नाल थोड़ा जिहा पेश आना चाहिए कि यार कि ये रूल बनाने पैणगे कि कोई अपने बजुर्ग कोई वड्डे तुर जाण ते असीं उन्हां लई उन्हां दा बणदा उन्हां नूं उन्हां दे कद काट दे हिसाब नाल उन्हां नूं विदायगी ना दे सकीए। सो बड़ी माड़ी गल है बड़ा दुख लगे जी सुन के देख के बड़ाई साहब।